ਔਰ ਅਫਸੋਸ ਦੀ ਗੱਲ ਆ ਅੱਜ ਵੀ ਮੈਂ ਦੇਖ ਰਿਹਾ ਸੀਗਾ ਕਿ ਅੱਜ ਵੀ ਕਿੱਡੀ ਉਹ ਦੁਖਦਾਈ ਗੱਲ ਹੋਈ ਆ ਕਿ ਜੇ ਕੋਈ ਹੱਕ ਸੱਚ ਦੀ ਗੱਲ ਕਰੇ ਇਨਸਾਫ ਦੀ ਗੱਲ ਕਰੇ ਉੱਤੇ ਪਰਚਾ ਉਹਦਾ ਗੀਤ ਬੈਨ ਜੈਨੀ ਜੋਹਲ ਦਾ ਕਸੂਰ ਕੀ ਆ ਉਸ ਬੇਟੀ ਦਾ ਜਿਹਨੇ ਇੱਕ ਗੀਤ ਗਾਇਆ ਸੀ ਐਮ ਭਗਵੰਤ ਮਾਨ ਨੂੰ ਸੰਬੋਧਨ ਹੋਰ ਕੇ ਔਰ ਉਹਨੇ ਕਿੱਡੀ ਆਪ ਦੇ ਸਿੱਧੂ ਮੂਸੇ ਵਾਲੇ ਪਰਿਵਾਰ ਦੇ ਦਰਦ ਨੂੰ ਬਿਆਨ ਕੀਤਾ ਔਰ ਉਹ ਗੀਤ ਉਹ ਲਫ਼ਜ਼ ਕੀ ਕਹਿੰਦੀ ਹੈ ਕਹਿੰਦੇ ਘਰ ਸਾਡੇ ਵਹਿਣ ਪਏ ਸੀ ਐਮ ਜੀ ਗੁੰਜਣ ਤੁਹਾਡੇ ਘਰ ਸ਼ਹਿਨਾਈਆਂ ਇੰਨੀ ਗੱਲ ਕਹਿ ਕੇ ਇਨਸਾਫ਼ ਦੀ ਉਹਾਰ ਕੀਤੀ ਹੈ ਉਹ ਗੀਤ ਬੈਨ ਕਰਤਾ ਗਿਆ ਮਤਲਬ ਕਿ ਤੁਹਾਡੇ ਘਰ ਤਾਂ ਅਸਲੀਅਤ ਦੀ ਗੱਲ ਹੈ ਸ਼ਹਿਨਾਈਆਂ ਗੂੰਜੀਆਂ ਤੇ ਉਹਨਾਂ ਦੇ ਘਰ ਮੂਸੇ ਵਾਲੇ ਦੇ ਵਹਿਣ ਪਏ ਆ ਇਹਨਾਂ ਦੇ ਘਰ ਵੀ ਹੌਲੇ ਜਿਹੇ ਹਾਲਾਤ ਬਣੇ ਤੇ ਜੇ ਕੋਈ ਅਸਲੀਅਤ ਗੱਲ ਕਰੇ ਜਾਂ ਉਹਨਾਂ ਤੇ ਡਾਂਗਾਂ ਤੇ ਜਾਂ ਉਹਨਾਂ ਦੇ ਗੀਤ ਬੈਨ ਤੇ ਜਾਂ ਉਹਨਾਂ ਤੇ ਪਰਚੇ ਮੈਂ ਇਹ ਵਿਸ਼ਵਾਸ ਇਹ ਦਵਾਉਣ ਇਸ ਤੇ ਆਇਆ ਕਿ ਅਸੀਂ ਇਹਨਾਂ ਦੀ ਜਿੱਥੇ ਆਵਾਜ਼ ਉਠਾਵਾਂਗੇ ਅਸੀਂ ਵੀ ਮਨ ਬਣਾ ਰਹੇ ਹਾਂ ਕਿ ਥੋੜੇ ਅਗਲੇ ਕੁਛ ਦਿਨਾਂ ਦੇ ਅੰਦਰ ਅੰਦਰ ਜੈਨੀ ਜੋਹਲ ਦਾ ਗੀਤ ਲਾ ਕੇ ਉੱਚੀ ਉੱਚੀ ਡੈਕਾਂ ਤੇ ਵਾਕ ਕਰਾਂਗੇ ਸੀ ਐਮ ਸਾਹਿਬ ਦੇ ਘਰ ਤੱਕ ਤੇ ਮੈਂ ਪੁੱਛਣਾ ਚਾਹੂੰਗਾ ਔਰ 606 ਔਰ ਅਫਸੋਸ ਦੀ ਗੱਲ ਆ ਅੱਜ ਵੀ ਮੈਂ ਦੇਖ ਰਿਹਾ ਸੀਗਾ ਕਿ ਅੱਜ ਵੀ ਕਿੱਡੀ ਉਹ ਦੁਖਦਾਈ ਗੱਲ ਹੋਈ ਆ ਕਿ ਜੇ ਕੋਈ ਹੱਕ ਸੱਚ ਦੀ ਗੱਲ ਕਰੇ ਇਨਸਾਫ਼ ਦੀ ਗੱਲ ਕਰੇ ਉੱਤੇ ਪਰਚਾ ਉਹਦਾ ਗੀਤ ਬੈਨ ਜੈਨੀ ਜੋਹਲ ਦਾ ਕਸੂਰ ਕੀ ਆ ਉਸ ਬੇਟੀ ਦਾ ਜਿਹਨੇ ਇੱਕ ਗੀਤ ਗਾਇਆ ਸੀ ਐਮ ਭਗਵੰਤ ਮਾਨ ਨੂੰ ਸੰਬੋਧਨ ਹੋਰ ਕੇ ਔਰ ਉਹਨੇ ਕਿੱਡੀ ਆਪ ਦੇ ਸਿੱਧੂ ਮੂਸੇ ਵਾਲੇ ਪਰਿਵਾਰ ਦੇ ਦਰਦ ਨੂੰ ਬਿਆਨ ਕੀਤਾ ਔਰ ਉਹ ਗੀਤ ਉਹ ਲਫ਼ਜ਼ ਕੀ ਕਹਿੰਦੀ ਹੈ ਕਹਿੰਦੇ ਘਰ ਸਾਡੇ ਵਹਿਣ ਪਏ ਸੀ ਐਮ ਜੀ ਗੁੰਜਣ ਤੁਹਾਡੇ ਘਰ ਸ਼ਹਿਨਾਈਆਂ ਇੰਨੀ ਗੱਲ ਕਹਿ ਕੇ ਇਨਸਾਫ਼ ਦੀ ਉਹਾਰ ਕੀਤੀ ਹੈ ਉਹ ਗੀਤ ਬੈਨ ਕਰਤਾ ਗਿਆ ਮਤਲਬ ਕਿ ਤੁਹਾਡੇ ਘਰ ਤਾਂ ਅਸਲੀਅਤ ਦੀ ਗੱਲ ਹੈ ਸ਼ਹਿਨਾਈਆਂ ਗੂੰਜੀਆਂ ਤੇ ਉਹਨਾਂ ਦੇ ਘਰ ਮੂਸੇ ਵਾਲੇ ਦੇ ਵਹਿਣ ਪਏ ਆ ਇਹਨਾਂ ਦੇ ਘਰ ਵੀ ਹੌਲੇ ਜਿਹੇ ਹਾਲਾਤ ਬਣੇ ਆ ਤੇ ਜੇ ਕੋਈ ਅਸਲੀਅਤ ਗੱਲ ਕਰੇ ਜਾਂ ਉਹਨਾਂ ਤੇ ਡਾਂਗਾਂ ਤੇ ਜਾਂ ਉਹਨਾਂ ਦੇ ਗੀਤ ਬੈਨ ਤੇ ਜਾਂ ਉਹਨਾਂ ਤੇ ਪਰਚੇ ਮੈਂ ਇਹ ਵਿਸ਼ਵਾਸ ਇਹ ਦਵਾਉਣ ਇਸ ਤੇ ਆਇਆ ਕਿ ਅਸੀਂ ਇਹਨਾਂ ਦੀ ਜਿੱਥੇ ਆਵਾਜ਼ ਉਠਾਵਾਂਗੇ ਅਸੀਂ ਵੀ ਮਨ ਬਣਾ ਰਹੇ ਹਾਂ ਕਿ ਥੋੜੇ ਅਗਲੇ ਕੁਛ ਦਿਨਾਂ ਦੇ ਅੰਦਰ ਅੰਦਰ ਜੈਨੀ ਜੋਹਲ ਦਾ ਗੀਤ ਲਾ ਕੇ ਉੱਚੀ ਉੱਚੀ ਡੈਕਾਂ ਤੇ ਵਾਕ ਕਰਾਂਗੇ ਸੀ ਐਮ ਸਾਹਿਬ ਦੇ ਘਰ ਤੱਕ ਤੇ ਮੈਂ ਪੁੱਛਣਾ ਚਾਹੂੰਗਾ ਔਰ 646 ਇਹਨਾਂ ਦੀ ਵੀ ਸੀ ਪੀ ਸ਼ਰਮਾ ਦੀ ਵੀ ਆਵਾਜ਼ ਲੈ ਕੇ ਜਾਵਾਂਗੇ ਸੀ ਐਮ ਕੇਜਰੀਵਾਲ ਤੱਕ ਤੇ ਭਗਵੰਤ ਮਾਨ ਜੀ ਨੂੰ ਕਿ ਤੈਨੂੰ ਹੁਣ ਤੇਰੀ ਭੈਣ ਦੀ ਆਵਾਜ਼ ਨਹੀਂ ਸੁਣਦੀ ਤੈਨੂੰ ਹੁਣ ਉਹਨਾਂ ਮਾਪਿਆਂ ਦੀ ਆਵਾਜ਼ ਨਹੀਂ ਸੁਣਦੀ ਜਿੰਨਾ ਪਹਿਲਾਂ ਤੁਸੀਂ ਤਾਂ ਕਹਿੰਦੇ ਜੀ ਸਾਨੂੰ ਸਿਕਿਉਰਿਟੀ ਦੀ ਲੋੜ ਕੋਈ ਨਹੀਂ ਤੁਸੀਂ ਤਾਂ 3000 ਬੰਦਾ ਲਾ ਕੇ ਅਫਸੋਸ ਕਰਨ ਜਾਂਦੇ ਹੁਣ ਜੇ ਇਹ ਆਉਂਦੇ ਆ ਮੰਗਣ ਤੇ ਇਹਨਾਂ ਨੂੰ 3000 ਅੱਗੇ ਪੁਲਿਸ ਵਾਲਾ ਟੱਕਰਦਾ ਦੀਪਕ ਟੀਨੂ ਵਰਗੇ ਭੱਜ ਗਏ ਕੋਈ ਇਨਸਾਫ਼ ਨਹੀਂ ਔਰ ਕੋਈ ਇਨਸਾਫ਼ ਦੀ ਜਾਂ ਕੋਈ ਸੱਚਾਈ ਦੀ ਗੱਲ ਹੀ ਕੋਈ ਨਹੀਂ ਹੋ ਰਹੀ ਉਹ ਜੈਨੀ ਜੋਹਲ ਵੀ ਛੋਟੀ ਕਿੰਨੀ 30 ਸਾਲ ਦੀ ਉਮਰ ਹੋਣੀ ਉਸਦੀ ਉਹ ਸਿੰਗਰ ਦੀ ਉਹਨੇ ਤਾਂ ਇੱਕ ਗੀਤ ਹੀ ਗਾਇਆ ਸਿਰਫ ਕਿੱਡਾ ਬੰਬ ਸਿੱਟਤਾ ਉਹਦੇ ਤੇ ਉਹਦਾ ਗੀਤ ਬੈਨ ਕਰਤਾ ਚੱਕ ਕੀ ਫਰੀਡਮ ਆਫ ਸਪੀਚ ਫਿਰ ਕਿੱਥੇ ਹੈ ਅਧਿਕਾਰਾਂ ਦੀ ਗੱਲ ਕਿੱਥੇ ਹੈ